ਕੈਪਟਨ ਸਾਹਿਬ ਕੱਲ ਸਰਦੂਲਗੜ ਹਲਕੇ ਦੀ ਸਟੇਜ ਤੋਂ ਝੂਠ ਮਾਰ ਕੇ ਗਏ। ਇਹ ਸੰਕੇਤ ਹੈਗਾ ਕਿ ਜਿਹੜਾ 2.5 ਸਾਲ ਪਹਿਲੇ ਪੰਜਾਬ ਦੇ ਲੋਕਾਂ ਨਾਲ ਲਾਰੇ ਝੂਠੇ ਵਾਅਦੇ ਕੀਤੇ ਸੀ ਉਹ ਹੁਣ ਤਾਂ ਹੀ ਜਾਰੀ ਹੈਗੇ। ਬੋਲ ਕੇ ਗਏ ਕਿ ਇੱਥੇ ਸਾਰੇ ਕਿਸਾਨਾਂ ਦਾ ਮੈਂ ਕਰਜ਼ਾ ਮਾਫ ਕਰਤਾ ਹੈਗਾ, 8 ਲੱਖ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਤੇ ਨਸ਼ੇ ਦੀ ਮੈਂ ਲੱਕ ਤੋੜਤੀ। ਅੱਜ ਮੈਂ ਕਹਿੰਦੀ ਜਿਹੜੀ ਗੁਟਕਾ ਸਾਹਿਬ ਦੀ ਝੂਠੀ ਸੌ ਖਾ ਕੇ ਅੱਜ ਸ਼ਰੇਆਮ ਲੋਕਾਂ ਦੇ ਵਿੱਚ ਨਸ਼ਾ 3 ਗੁਣਾ ਵਿਕ ਰਿਹਾ ਹੈਗਾ। 550 ਨੌਜਵਾਨਾਂ ਦੀ ਮੌਤਾਂ ਹੋ ਗਈਆਂ ਨੇ ਹੋਮ ਡਿਲੀਵਰੀ ਨਸ਼ੇ ਦੀ, ਇਸ ਹੱਦ ਤਾਂ ਹੀ ਹੋ ਰਿਹਾ ਹੈ ਕਿ ਜੀਰਾ ਸਾਹਿਬ ਇਹਨਾਂ ਦੇ ਖੁਦ ਦੇ MLA ਸਟੇਜਾਂ ਚੋਂ ਖੜ ਕੇ ਆਪਣੀ ਹੀ ਸਰਕਾਰ ਨੂੰ ਨਸ਼ੇ ਵੇਚਣ ਦੇ ਇਲਜ਼ਾਮ ਲਾ ਰਹੇ ਨੇ। ਇੱਥੇ ਤਾਂ ਹੀ ਨਹੀਂ, ਲੇਕਿਨ ਜਿਹੜੇ ਪੁਲਿਸ ਦੇ ਵੱਡੇ ਵੱਡੇ IG ਅਫਸਰ ਨੇ ਉਹ ਕਹਿ ਰਹੇ ਨੇ ਪੁਲਿਸ ਤੇ ਸਰਕਾਰ ਦੀ ਰਲੀ ਮਿਲੀ ਭੁਗਤ ਦੇ ਨਾਲ ਨਸ਼ਾ ਵਿਕ ਰਿਹਾ ਤੇ ਬਿਲਕੁਲ ਗੱਲ ਵੀ ਸਹੀ ਹੈ ਜੇ 3 ਗੁਣਾ ਵਧਿਆ ਹੈਗਾ ਤੇ ਇਹਨਾਂ ਦੀ ਰਲੀ ਮਿਲੀ ਭੁਗਤ ਦੇ ਨਾਲ, ਕਿਉਂਕਿ ਹੁਣ 2.5 ਹਫ਼ਤਿਆਂ 'ਚ ਜਦੋਂ ਤੋਂ ਚੋਣ ਜਾਬਤਾ ਲੱਗਿਆ ਹੈ ਚੈਕਿੰਗ ਸੈਂਟਰਲ ਫੋਰਸਿਸ ਤੋਂ ਹੋ ਰਹੀ ਹੈ ਤੇ 250 ਕਰੋੜ ਦਾ ਨਸ਼ਾ ਫੜਿਆ ਗਿਆ ਹੈ ਤੇ ਤੁਸੀਂ ਸੋਚੋ 2.5 ਸਾਲਾਂ 'ਚ ਕਿੰਨਾ ਨਸ਼ਾ ਰਾਜਾ ਬੱਚਿਆਂ ਨੂੰ ਵੇਚ ਗਿਆ ਜਿਹਦੇ ਕਰਕੇ ਉਹਨਾਂ ਦੀ 550 ਦੀ ਮੌਤਾਂ ਹੋਈਆਂ ਨੇ ਤੇ ਲੇਕਿਨ ਉਹ ਅੱਜ ਵੀ ਝੂਠ ਮਾਰ ਕੇ ਨਸ਼ੇ ਵੇਚ ਕੇ ਕਮਾਈ ਕਰ ਰਹੇ ਨੇ। ਜੇ ਲੋਕਾਂ ਦੇ ਵਿੱਚ ਜਾਂਦੇ ਤਾਂ ਸ਼ਾਇਦ ਲੋਕਾਂ ਦੀ ਤਕਲੀਫਾਂ ਰਾਜਾ ਸਾਹਿਬ ਨੂੰ ਪਤਾ ਲੱਗਦੀਆਂ। ਮੈਂ ਤਾਂ ਆਸ ਕਰਦੀ ਸੀ, ਪੁੱਛੋ ਮੰਡੀ ਗਏ ਨੇ, ਸਰਦੂਲਗੜ੍ਹ ਮੰਡੀ ਗਏ ਨੇ, ਮੰਡੀਆਂ ਮਸਾਂ 5-7 ਕਿਲੋਮੀਟਰ ਦੂਰੀ ਹੈਲੀਕਾਪਟਰ ਜਦ ਉੜਿਆ ਹੋਵੇ ਉਹਨਾਂ ਨੂੰ ਨਜ਼ਰ ਵੀ ਆਈ ਹੋਊਗੀ ਕਿ ਸਾਰੀ ਮੰਡੀ ਬੋਰੀਆਂ ਦੇ ਨਾਲ ਭਰੀ ਪਈ ਸੀ। ਜਿਹੜੀ ਘਾਟ ਸੀ ਉਹ ਤਾਂ ਉਹਨਾਂ ਦਾ ਟਰੱਕਾਂ ਵੀ ਸੀ ਕਿ ਬੋਰੀਆਂ ਨੂੰ ਚੱਕ ਕੇ ਲੈ ਕੇ ਜਾਣ ਤਾਂ ਕਿ ਮੰਡੀ ਵਿੱਚ ਦਾਣੇ ਸਿੱਟਣ ਦੀ ਥਾਂ ਹੋਏ। ਲੇਕਿਨ ਰਾਜਾ ਸਾਹਿਬ ਨੇ ਜਦ ਮੰਡੀ 'ਚ ਜਾਣਾ ਹੀ ਨਹੀਂ, ਇਕੱਲੇ ਝੂਠ ਦਾ ਪ੍ਰਚਾਰ ਕਰਨਾ, ਉਹ ਝੂਠ ਵੀ ਖੁਦ ਹੀ ਬੇਨਕਾਬ ਕਰ ਗਏ ਆਪ ਦਾ ਝੂਠ। ਕਹਿੰਦੇ ਬਾਰਦਾਨਿਆਂ ਦੀ ਘਾਟ ਹੈ ਕਿਉਂਕਿ ਹਰਸਿਮਰਤ ਨੇ ਹਰਿਆਣੇ ਪਹੁੰਚਾਤੇ, ਲੇਕਿਨ ਮਾਝੇ 'ਚ ਕੋਈ ਘਾਟ ਨਹੀਂ, ਦੁਆਬੇ 'ਚ ਕੋਈ ਬਾਰਦਾਨੇ ਦੀ ਘਾਟ ਨਹੀਂ, ਸਾਰੇ ਮਾਲਵੇ ਇਕੱਲੇ ਘਾਟ ਬਠਿੰਡੇ 'ਚ ਹੈ। ਸਿੱਧਾ ਸਿੱਧਾ ਦੱਸ ਗਏ ਕਿ ਆਪ ਉਹਨਾਂ ਨੇ ਬਠਿੰਡੇ 'ਚ ਘਾਟ ਰੱਖੀ, ਕਿਉਂਕਿ ਕੋਈ ਦਿੱਲੀਓਂ ਲਿਖ ਕੇ ਤਾਂ ਆਉਂਦਾ ਨਹੀਂ ਹੈ ਕਿ ਆਹ ਬਾਰਦਾਨਾ ਬਠਿੰਡੇ ਵਾਸਤੇ ਹੈ ਅਤੇ ਆਹ ਮਾਝੇ ਵਾਸਤੇ। ਆਪ ਉਹਨਾਂ ਨੇ ਘਾਟ ਰੱਖੀ, ਉਹ ਸੋਚਦੇ ਸੀ ਕਿ ਭੰਡੀ ਮੇਰੇ ਪ੍ਰਚਾਰ ਮੇਰੇ ਬਾਰੇ ਕਰਨਗੇ, ਲੇਕਿਨ ਆਪਣਾ ਝੂਠ ਆਪ ਹੀ ਬੋਲ ਗਏ। ਝੂਠ ਮਾਰਦੇ ਮਾਰਦੇ ਇਹਨਾਂ ਨੂੰ ਆਹੀ ਨਹੀਂ ਪਤਾ ਲੱਗਦਾ ਕਿ ਬੋਲ ਕੀ ਰਹੇ ਨੇ। ਮੁੱਖ ਮੰਤਰੀ ਹੋਣ ਦੇ ਨਾਤੇ ਇਹਨਾਂ ਨੂੰ ਇੰਨਾ ਵੀ ਨਹੀਂ ਪਤਾ ਜੇ ਮੇਰੇ ਕੋਲ ਇੰਨੀ ਤਾਕਤ ਹੈ ਕਿ ਤੁਸੀਂ ਤੁਹਾਡੇ ਬਾਰਦਾਨੇ ਮੈਂ ਹਰਿਆਣੇ ਪਹੁੰਚਾ ਦਾਂ, ਤੁਹਾਡੇ ਟਰੱਕ ਮੈਂ ਹਰਿਆਣੇ ਭੇਜ ਰਹੀ ਹਾਂ ਤੇ ਫਿਰ ਆਪ ਦੀ ਕੁਰਸੀ ਮੇਰੇ ਹਵਾਲੇ ਕਰ ਦਿਓ, ਸਾਰਾ ਕੁਝ ਮੈਂ ਵਾਪਸ ਲਿਆ। ਜਿਹੜੇ ਕਾਂਗਰਸ ਪਾਰਟੀ ਦਾ ਪਿਛੋਕੜਾ ਅਕਾਲ ਤਖ਼ਤ ਸਾਹਿਬ 'ਚ ਢੇਟੇਰੀ ਕਰਨ ਵਾਸਤੇ ਟੈਂਕਰ ਤੋਪਾ ਚਲਾਈਆਂ, ਜਿਹੜੀ ਕਾਂਗਰਸ ਪਾਰਟੀ ਨੇ ਸਾਡੇ ਭਰਾਵਾਂ ਦੇ ਕਤਲੇਆਮ ਕਰੇ, ਜਿਹੜੀ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਰਾਜਾ ਸਾਹਿਬ ਨੇ ਸ਼ਰੇਆਮ ਲੋਕਾਂ ਦੇ ਸਾਹਮਣੇ ਗੁਟਕਾ ਸਾਹਿਬ ਨੂੰ ਹੱਥ 'ਚ ਫੜ ਕੇ ਦਸਮ ਪਿਤਾ ਦੀ ਝੂਠੀ ਸੌਂਹਾਂ ਖਾਧੀਆਂ, ਉਹ ਹਨ SGPC ਇਲੈਕਸ਼ਨ ਲੜਨ ਦੀ ਤਿਆਰੀ ਕਰ ਰਹੇ ਨੇ। ਸਿੱਧੇ ਗਾਂਧੀ ਪਰਿਵਾਰ ਦਾ ਜਿਹੜਾ ਏਜੰਡਾ ਰਿਹਾ ਹੈ ਕਿ ਸਿੱਖ ਕੌਮ ਨੂੰ ਖਤਮ ਕਰਨਾ, ਉਸ ਲਾਈਨ 'ਚ ਕੈਪਟਨ ਸਾਹਿਬ ਕੰਮ ਕਰ ਰਹੇ ਨੇ ਸਾਰੇ ਸਿੱਖ ਸਮਾਜ। ਛੋਟੀ ਭੈਣ ਲੱਗਦੀ ਹੈ ਕਰ ਲੈ, ਲੋਕੀ ਤਾਂ ਤਪੇ ਹੋਏ ਨੇ। ਕਿਹੜਾ ਵਰਗ ਹੈ ਜਿਹਦੇ ਨਾਲ ਰਾਜੇ ਨੇ ਧੋਖਾ ਨਹੀਂ ਕੀਤਾ, ਆਪਣੀ ਕੁਰਸੀ ਤਾਈਂ ਪਹੁੰਚਣ ਵਾਸਤੇ ਕਿਸਾਨ ਨੂੰ ਕਰਜ਼ਾ ਮਾਫੀ ਦਾ ਧੋਖਾ ਦੇ ਗਿਆ। ਇੱਕ ਕਿਸਾਨ ਦਾ ਕਰਜ਼ਾ ਪੂਰੇ ਪੰਜਾਬ 'ਚ ਸਾਰਾ ਕਰਜ਼ਾ ਮਾਫ ਨਹੀਂ ਹੋਇਆ। ਹਰ ਨੌਜਵਾਨ ਤੋਂ ਘਰ ਘਰ ਜਾ ਕੇ ਫਾਰਮ ਭਰਾਏ, ਘਰ ਘਰ ਨੌਕਰੀ ਦੇ, ਸਾਰੇ ਪੰਜਾਬ 'ਚ ਇੱਕ ਨੌਜਵਾਨ ਨੂੰ ਨੌਕਰੀ ਨਹੀਂ ਮਿਲੀ। ਗਰੀਬਾਂ ਨੂੰ ਬਾਦਲ ਸਾਹਿਬ ਦੇ ਆਟੇ ਦਾਲ ਦੇ ਨਾਲ ਕਹਿੰਦਾ ਸੀ ਖੰਡ ਘਿਓ ਚਾਹ ਪੱਤੀ ਦੇਵਾਂਗਾ, ਆਟੇ ਦਾਲ ਦੇ ਵੀ ਕਾਰਡ ਰੱਦ ਕਰਕੇ ਉਹ ਗਰੀਬ ਦੇ ਬੱਚਿਆਂ ਦੇ ਮੂੰਹ ਤੋਂ ਰੋਟੀ ਖੋ ਲਿੱਤੀ। ਪੈਨਸ਼ਨ ਕਹਿੰਦਾ ਸੀ 2000 ਕਰੂਗਾ, ਪੈਨਸ਼ਨ ਅੱਧੇ ਤੋਂ ਵੱਧ ਰੱਦ ਕਰ ਦਿੱਤੀ, ਦੇਣੀ ਕੀ ਸੀਗੀ।
ਸ਼ਗਨ ਦੇ ਚੈੱਕ ਕਿਸੇ ਦੇ ਨਹੀਂ ਆਏ। ਸੋ ਝੂਠ ਮਾਰ ਕੇ ਮੁਲਾਜ਼ਮਾਂ ਤੇ ਵੀ ਤੁਸੀਂ ਸੋਚੋ, ਜਿਨ੍ਹਾਂ ਨੂੰ 45,000 ਤਨਖਾਹ ਮਿਲਦੀ ਸੀ, ਕਹਿੰਦਾ 10,000 ਲੈਣਾ, ਨਹੀਂ ਤਾਂ ਡਾਂਗਾਂ ਨਾਲ ਸਿਰ ਪਾੜਦਾ। ਪੰਜਾਬ ਦੇ ਹਰ ਮੁਲਾਜ਼ਮ ਦਾ ਜਿੱਥੇ 6 ਮਹੀਨੇ ਦਾ DA ਨਹੀਂ ਦਿੱਤਾ, ਉੱਥੇ ਉਹਨਾਂ ਦੀ ਮਿਹਨਤ ਦੀ ਕਮਾਈ ਚੋਂ ਹਰ ਮਹੀਨੇ ਕੱਟ ਲੱਗ ਰਿਹਾ ਹੈ, ਤਾਂ ਕਿ ਇਹਦੇ ਖਜ਼ਾਨੇ ਜਿਹੜਾ ਖਾਲੀ ਹੈ ਕਮਾ ਨਹੀਂ ਸਕਿਆ। ਦਫ਼ਤਰ ਜਾਊਗਾ ਤਾਂ ਹੀ ਕਮਾਈ ਕਰੂਗਾ। ਨਿਕੰਮਾ ਵਿੱਤ ਮੰਤਰੀ ਰੱਖਿਆ, ਨਿਕੰਮਾ ਮੁੱਖ ਮੰਤਰੀ ਹੈ। ਰਾਜਾ ਦੇ ਪਿੱਠੂ ਸੀਗੇ ਜਿਹੜੇ ਭੇਜੇ ਗਏ ਸੀ, ਆਪ ਭੇਜਦਾ ਆਪ ਚੱਕਦਾ ਹੈਗਾ, ਉਹਨਾਂ ਤੋਂ ਪੁੱਛੋ। ਚਲੋ ਵੱਡੇ ਮਹਾਰਾਜੇ ਨੇ, ਇਹਨਾਂ ਤੋਂ ਲੋਕੀ ਦੱਸਣਗੇ ਕਿ ਇਹ ਕੀ ਹੈਗੇ। ਕੌਣ ਕਹਿ ਰਹੇ ਨੇ? ਕਰੋੜਾਂ ਦੀ ਗੱਡੀਆਂ 'ਚ ਰਾਜਾ ਸਾਹਿਬ ਘੁੰਮਦੇ ਨੇ, ਵੀਡੀਓ ਉਹਨਾਂ ਦੇ ਵਾਇਰਲ ਹੈਗੀ ਕਿ ਕਰੋੜਪਤੀ ਉਹ ਹੈਗੇ, ਮਕਾਨ ਹਰ ਸ਼ਹਿਰ 'ਚ ਉਹਨਾਂ ਦੇ ਹੈਗੇ। ਸੋ ਹੁਣ ਨਾਮ ਰਾਜਾ ਉਹਨਾਂ ਦਾ ਵੱਜਦਾ ਹੈਗਾ, ਤੇ ਕਿਤੇ ਗਰੀਬ ਏ ਗਰੀਬ ਦਾ ਡਰਾਮਾ ਹੈਗਾ, ਜਿਹੜੇ ਗਰੀਬ ਦੇ ਘਰੇ ਜਾ ਕੇ ਰੋਟੀਆਂ ਖਾ ਰਹੇ ਨੇ, ਬੋਝ ਪਾ ਰਹੇ ਨੇ। ਜਾਣਾ ਹੈ ਤਾਂ ਉਸ ਗਰੀਬ ਦੇ ਘਰ 'ਚ ਜਾਣ ਜਿਹਦਾ ਕਾਰਡ ਕੱਟ ਕੇ ਉਹਨਾਂ ਦੇ ਬੱਚਿਆਂ ਦੀ ਮੂੰਹ ਦੀ ਰੋਟੀ, ਢਿੱਡ ਦੀ ਰੋਟੀ ਖੋ ਲਈ, ਉਹਦੇ ਜਾਣ। ਜਾਣਾ ਹੈ ਤਾਂ ਉਸ ਘਰ 'ਚ ਜਾ ਕੇ ਰਾਤ ਰਹਿਣ ਗਰੀਬ ਦਾ, ਜਿਹਦਾ ਬਿਜਲੀ ਦੇ ਬਿੱਲ ਕਰਕੇ ਇਹਨਾਂ ਦੀ ਸਰਕਾਰ ਨੇ ਮੀਟਰ ਪੱਟਤਾ, ਉਹਦਾ ਪੱਖਾ ਨਹੀਂ ਚੱਲਦਾ, ਤਾਂ ਗੱਲ ਬਣਦੀ। ਮੰਡੀਆਂ 'ਚ ਜਾਣ ਜਿੱਥੇ ਕਿਸਾਨ ਰੁੱਲ ਰਿਹਾ, ਉੱਥੇ ਤਾਂ ਜਾਣਾ ਨਹੀਂ, ਗੱਲਾਂ ਮਾਰਨੀਆਂ ਨੇ।